ਕੀ ਹਾਲ ਚਾਲ ਆ ਤੁਹਾਡੇ ਸਾਰੇ ਤੇ ਮੈਂ ਤੁਹਾਡਾ ਆਪਣਾ ਗੁਰੀਤ ਸਾਜ ਅਸੀਂ ਅੱਜ ਆਏ ਲੁਧਿਆਣੇ ਆਏ ਤੇ ਅੰਮ੍ਰਿਤਸਰ ਤੋਂ ਪਰ ਸਾਨੂੰ ਤਾਂ ਟਾਈਮ ਨਹੀਂ ਮਿਲਿਆ ਬਲੌਗ ਬਣਾਉਣ ਦਾ ਅਤੇ ਮੈਂ ਆਪਣੇ ਜੱਸ ਭਰਾ ਨੂੰ ਮਿਲਣਾ ਆ ਅਤੇ ਉਹਨੇ ਸਾਨੂੰ ਦੱਸਿਆ ਟੀਚਰ ਸਕੂਲ ਦੇ ਕੋਲ ਅਸੀਂ ਸਕੂਲ ਦੇ ਕੋਲ ਆਏ ਖੜ੍ਹ ਗਏ ਹਾਂ ਅਤੇ ਹਾਲੇ ਤੱਕ ਉਹ ਆਇਆ ਨਹੀਂ ਉਹ ਕਹਿੰਦਾ ਕਿ ਕੱਲ੍ਹ ਮੈਂ ਟਿਊਸ਼ਨ ਤੋਂ ਪੜ੍ਹ ਕੇ ਆਊਂਗਾ ਅਤੇ ਉਹਨੂੰ ਕਿੰਨੇ ਫੋਨ ਕਰੀ ਜਾ ਰਹੇ ਹਾਂ ਹਾਲੇ ਉਹ ਚੱਕਦਾ ਨਹੀਂ ਪਿਆ ਜਦੋਂ ਚੱਕੂਗਾ ਤੁਹਾਨੂੰ ਮਿਲਾਵਾਂਗੇ ਬੰਦਾ ਹੈ ਕੌਣ ਆ ਆਏ ਤਾਂ ਮੇਨ ਅਸੀਂ ਉਹਦੇ ਕਰਕੇ ਹਾਂ ਅਤੇ ਨਾਲੇ ਕੱਲ੍ਹ ਅਸੀਂ ਜਾਣਾ ਘੁੰਮਣ ਫਿਰਨ ਅਤੇ ਬਲੌਗ ਤੁਹਾਨੂੰ ਵਧੀਆ ਬਣਾ ਕੇ ਦਿਖਾਵਾਂਗੇ ਸਾਡਾ ਪਹਿਲਾ ਬਲੌਗ ਆ ਚਲੋ ਅੱਜ ਤਾਂ ਜਦੋਂ ਆਇਆ ਤੁਹਾਨੂੰ ਮਿਲਾਵਾਂਗੇ ਸੋ ਹਾਂਜੀ ਜਿਹਦੇ ਨਾਲ ਤੁਹਾਨੂੰ ਮਿਲਾਉਣਾ ਸੀ ਉਹ ਬੰਦਾ ਆ ਰਿਹਾ ਵਾ ਅਤੇ ਉਹ ਦੇਖੋ ਆਉਂਦਾ ਪਿਆ ਅਤੇ ਬੰਦਾ ਆਪਣੇ ਕੋਲ ਪਹੁੰਚ ਗਿਆ ਘੱਟੋ ਘੱਟ ਅੱਧੇ ਘੰਟੇ ਬਾਅਦ ਪਹੁੰਚਣ ਨੇ ਕਹਿੰਦਾ 20-25 ਮਿੰਟ ਤੱਕ ਪਹੁੰਚਣਾ ਆ ਆ ਗਿਆ ਮਿਲੋ ਕੀ ਹਾਲ ਆ ਜੱਸ ਹੋਰ ਕਿਵੇਂ ਆ ਇਹਨੇ ਕਹੀਗਾ ਘੱਟੋ ਘੱਟ ਮੈਂ 10-15 ਤੂੰ ਕਿਹਾ ਸੀ 10-15 ਇਹਨੇ ਕਹੀ 10-15 ਮਿੰਟ ਦੇ ਵਿੱਚ ਵਿੱਚ ਪਹੁੰਚ ਰਿਹਾ ਅਤੇ ਟਾਈਮ ਸਾਨੂੰ ਅੱਧਾ ਘੰਟਾ ਹੋ ਗਿਆ ਇੱਥੇ ਖੜ੍ਹੇ ਨੂੰ ਅਤੇ ਹੁਣ ਪਹੁੰਚਿਆ ਜਾ ਕੇ ਇਹ ਨਾਲ ਮੇਰੇ ਮੁੰਡਾ ਆਇਆ ਭਾਜੀ ਇਹਨੇ ਮੈਨੂੰ 10 ਫੋਨ ਕੀਤੇ ਕੱਲ੍ਹ ਵੀ ਕੀਤੇ ਮੈਂ ਕਹਿੰਦਾ ਆ ਗਿਆ ਵਾ ਮੈਨੂੰ ਲੋਕੇਸ਼ਨ ਦੇ ਦੇ ਮੈਂ ਲੋਕੇਸ਼ਨ ਵੀ ਦਿੱਤੀ ਇਹਨੂੰ ਉੱਥੇ ਮੈਂ 3-4 ਗੇੜੇ ਲਾਏ ਪਤੰਦਰ ਨਹੀਂ ਆਇਆ ਇਹਨੇ ਇੱਦਾਂ ਦਾ ਕੰਮ ਕੀਤਾ ਮੇਰੇ ਨਾਲ ਮੈਨੂੰ ਤਾਂ ਯਕੀਨ ਨਹੀਂ ਸੀਗਾ ਮੈਂ ਤਾਂ ਨਹੀਂ ਆ ਰਿਹਾ ਸੀ ਨਹੀਂ ਨਹੀਂ ਮੇਰਾ ਆਉਣ ਦਾ ਇਰਾਦਾ ਸੀਗਾ ਪੂਰਾ ਕਿ ਚੱਲ ਮੈਂ ਆਪਣਾ ਉਹਦੇ ਕੋਲ ਜਾਵਾਂ ਜੱਸ ਤੋਂ ਮਿਲ ਕੇ ਆਈਏ ਨਾ ਨਾਲੇ ਮੈਨੂੰ ਥੋੜ੍ਹਾ ਲੁਧਿਆਣੇ ਕੰਮ ਵੀ ਸੀਗਾ ਅਤੇ ਮੈਂ ਕਰਨਾ ਸ਼ੁਰੂ ਅੰਮ੍ਰਿਤਸਰ ਤੋਂ ਬਲੌਗ ਸੀਗਾ ਪਰ ਉੱਥੇ ਮੈਨੂੰ ਬਿਲਕੁਲ ਟਾਈਮ ਨਹੀਂ ਮਿਲਿਆ ਮੈਂ ਕਿਹਾ ਚੱਲ ਲੁਧਿਆਣੇ ਜਾ ਕੇ ਕਰਾਂਗੇ ਅਤੇ ਇਹਨੇ ਜਿੱਥੇ ਸਾਨੂੰ ਲੋਕੇਸ਼ਨ ਦਿੱਤੀ ਹੁਣ ਉੱਥੇ ਆ ਗਿਆ ਅਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਘਰੇ ਥੱਕ ਗਏ ਹਾਂ ਕਾਫੀ ਆਪਾਂ ਚੱਲਦੇ ਘਰੇ ਜਾ ਕੇ ਚਾਹ ਪਾਣੀ ਅਤੇ ਤੁਹਾਨੂੰ ਮੇਨ ਜਗ੍ਹਾ ਕੱਲ੍ਹ ਦਿਖਾਵਾਂਗੇ ਕੱਲ੍ਹ ਇੱਕ ਬੰਦਾ ਹੋਰ ਆਪਣੇ ਨਾਲ ਘੈਂਟ ਜਿਹਾ ਤੁਹਾਨੂੰ ਉਹਦੇ ਨਾਲ ਵੀ ਮਿਲਾਵਾਂਗੇ ਅਤੇ ਲਓ ਜੀ ਅਸੀਂ ਚੱਲੇ ਹਾਂ ਜੀ ਬਲੌਗ ਬਣਾਉਣ ਅਤੇ ਆਪਣਾ ਬਾਈ ਰੈਡੀ ਹੋ ਗਿਆ ਪੂਰਾ ਡਰੈਸ ਦੇਖੋ ਘੈਂਟ ਆ ਕਮੈਂਟ 'ਚ ਜ਼ਰੂਰ ਦੱਸਣਾ ਅਤੇ ਚੈਨਲ ਨੂੰ ਸਬਸਕ੍ਰਾਈਬਰ ਜ਼ਰੂਰ ਕਰਨਾ ਤੁਸੀਂ ਅਤੇ ਸ਼ੇਅਰ ਜ਼ਰੂਰ ਕਰਨਾ ਅਤੇ ਸਾਡਾ ਇੱਕ ਖਾਸ ਬੰਦਾ ਜਿਹੜਾ ਉਹਨੂੰ ਲੈਣ ਜਾਣਾ ਅਸੀਂ ਤੁਹਾਨੂੰ ਉਹ ਵੀ ਦਿਖਾਉਂਦੇ ਹਾਂ ਕੌਣ ਤੁਹਾਨੂੰ ਇਹ ਵੀ ਦਿਖਾਉਂਦੇ ਹਾਂ ਅਤੇ ਆਪਣੇ ਨਾਲ ਕੌਣ ਆ ਅਤੇ ਕਿੱਦਾਂ ਤਿਆਰ ਹੋਇਆ ਆਪਣਾ ਬਾਈ ਵੀ ਹੋ ਗਿਆ ਪੂਰਾ ਤਿਆਰ ਅਤੇ ਦੱਸੋ ਕਿੱਦਾਂ ਦੀ ਲੱਗ ਰਹੀ ਡਰੈਸ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਅਤੇ ਅਸੀਂ ਚੱਲੇ ਹਾਂ ਜੀ ਅੱਜ ਲੋਕੇਸ਼ਨ 'ਤੇ ਅਤੇ ਵਧੀਆ ਲੋਕੇਸ਼ਨ ਆ ਤੁਹਾਨੂੰ ਦਿਖਾਵਾਂਗੇ ਅਤੇ ਉੱਥੇ ਜਾ ਕੇ ਬਲੌਗ ਵੀ ਬਣਾਵਾਂਗੇ ਅਤੇ ਰੀਲਾਂ ਵੀ ਪਾਵਾਂਗੇ ਤੁਹਾਨੂੰ ਮੇਨ ਅਤੇ ਚਲੋ ਖਾਸ ਬੰਦੇ ਨੂੰ ਇੱਕ ਨੂੰ ਚੱਕਣਾ ਜੀ ਉਹਦੇ ਫੋਨ ਆ ਰਹੇ ਚੱਕ ਕੇ ਉਹਦਾ ਫੋਨ ਵਾਰ ਵਾਰ ਆ ਰਿਹਾ ਅਤੇ ਸਾਨੂੰ ਚੱਕ ਲਈਏ ਹਾਂਜੀ ਆਪਾਂ ਉਸ ਥੋੜ੍ਹਾ ਸਮਾਨ ਲੈਣਾ ਸੀਗਾ ਅਤੇ ਸਮਾਨ ਲੈ ਕੇ ਹੁਣ ਅੱਗੇ ਜਾਵਾਂਗੇ ਆਪਾਂ ਅਤੇ ਬਹੁਤ ਲੇਟ ਹੋ ਗਏ ਹਾਂ ਅੱਗੇ ਅਸੀਂ ਘਰੋਂ ਬਹੁਤ ਜ਼ਿਆਦਾ ਲੇਟ ਚੁੱਕੇ ਹਾਂ ਚਲੋ ਹੁਣ ਚੱਲੀਏ ਆਪਾਂ ਅੱਗੇ ਦਿਖਾਉਂਦੇ ਹਾਂ ਤੁਹਾਨੂੰ ਕਿੱਥੇ ਚੱਲੇ ਲਓ ਜੀ ਹੁਣ ਆਪਾਂ ਪਹੁੰਚ ਗਏ ਹਾਂ ਜੱਸ ਭਰਾ ਮੇਰਾ ਮੋਟਰਸਾਈਕਲ ਲਗਾ ਰਿਹਾ ਅਤੇ ਆਹ ਲੋਕੇਸ਼ਨ ਆ ਪਰਮ ਜਿੱਥੇ ਸਾਨੂੰ ਲੈ ਕੇ ਆਈ ਆ ਇਹ ਲੋਕੇਸ਼ਨ ਆ ਸਾਰੀ ਜਿੱਥੇ ਵੀਡੀਓ ਬਣਾਉਣੀ ਹੁਣ ਆਪਾਂ ਅਤੇ ਜੱਸ ਬਸ ਆਉਣ ਹੀ ਲੱਗਾ ਵਲੌਗ ਲਗਾ ਰਿਹਾ ਅਸੀਂ ਐਨਕਾਂ ਲਾਈਆਂ ਮੂੰਹ ਸਾਫ਼ ਕਰ ਰਿਹਾ ਬੂਟ ਪਏ ਆ ਇੱਧਰ ਆਹ ਵਿਚਾਰੀ ਨੇ ਐਨਕਾਂ ਲਾਈਆਂ ਇੱਥੇ ਘੁੰਮਣ ਆਈ ਆ ਇੱਥੇ ਲੈ ਕੇ ਆਈਆਂ ਸਾਨੂੰ ਤੂੰ ਲੈ ਕੇ ਆਈ ਆ ਤੂੰ ਕਿਹਾ ਕਿ ਆਪਾਂ ਇੱਧਰ ਜਾਣਾ ਲੋ ਆਪਣਾ ਜੱਸ ਭਰਾ ਗਿਆ ਪੁੱਛਣ ਕਿੱਥੇ ਆ ਬਹਿਣਾ ਕਿੱਥੇ ਆ ਸਾਰਾ ਕੁਛ ਤੇ ਹੁਣ ਆਪਾਂ ਚਲੋ ਚੱਲੀਏ ਅੱਗੇ ਬਹਿੰਦੇ ਹਾਂ ਜਿੱਥੇ ਜਾਣਾ ਲਓ ਜੀ ਆਪਾਂ ਹੁਣ ਜਾ ਰਹੇ ਹਾਂ ਅਤੇ ਉਹ ਸਾਹਮਣੇ ਚੇਅਰਸ 'ਤੇ ਬੈਠਾਂਗੇ ਅਤੇ ਆਹ ਲੋਕੇਸ਼ਨ ਕਿਵੇਂ ਲੱਗੀ ਸੋ ਤੁਹਾਨੂੰ ਲਾਈਕ ਕਮੈਂਟ ਜ਼ਰੂਰ ਕਰਕੇ ਦੱਸਿਓ ਕਮੈਂਟ ਵੀ ਜ਼ਰੂਰ ਦੱਸਿਓ ਚਲੋ ਆ ਜਾਓ ਹੁਣ ਆਪਾਂ ਗੱਲਾਂ ਕਰਦੇ ਹਾਂ ਕਰਨਾ ਕੀ ਆ ਹੁਣ ਚੱਲ ਥੱਕ ਗਿਆ ਸਵੇਰ ਦੇ ਤੁਰੇ ਆ ਅਤੇ ਮਸਾਂ ਪਹੁੰਚੇ ਹਾਂ ਅਤੇ ਹੁਣ ਦੇਖੋ ਇਸ ਤੋਂ ਅੱਗੇ ਵੀ ਜਾਣਾ ਆ ਅਤੇ ਆਪਣੀ ਮਾਂ ਰਾਣੀ ਬੈਠੀ ਖਾਸ ਫਰੈਂਡ ਸਾਡੇ ਨਾਲ ਹੀ ਪੜ੍ਹੀ ਸਕੂਲੇ ਅਤੇ ਇਹ ਕਹਿੰਦੇ ਸੀ ਕਿ ਤੁਹਾਨੂੰ ਚਲੋ ਘੁੰਮਾ ਕੇ ਲੈ ਕੇ ਆਉਂਦੇ ਆ ਜਾਓ ਮੈਂ ਕਿਹਾ ਚਲੋ ਆਈਏ ਹੁਣ ਅੰਮ੍ਰਿਤਸਰ ਤੋਂ ਆਇਆ ਅਤੇ ਆਹ ਜਲੰਧਰੋਂ ਆਇਆ ਇਹ ਇੱਥੇ ਦੀ ਆ ਲੁਧਿਆਣੇ ਦੀ ਆ ਮਾਰ ਹਾਂ ਦੱਸ ਘੁੰਮਾਇਆ ਨਹੀਂ ਕੱਟ ਗਈ ਆ ਆਪਣੇ ਕੱਢ ਲਈ ਇੱਥੇ ਹੋਰ ਤਾਂ ਹੈ ਨਹੀਂ ਕੁਝ ਖਾਣ ਖੂਣ ਨੂੰ ਖਾਣ ਖੂਣ ਇੱਥੇ ਕੁਛ ਨਹੀਂ ਮਿਲਿਆ ਇੱਥੇ ਪੈਣਾ ਉੱਥੇ ਪੈਣਾ ਰੀਲ ਬਣਾ ਲਓ ਇੱਥੇ ਜੇ ਬਣਾਉਣੀ ਹੈ ਇੱਕ ਅੱਧੀ
ਰੀਲ ਬਣਾਉਣੀ ਆ ਇੱਥੇ ਬਣਾਣੀ ਆ ਗਾਣਾ ਕੱਢ ਕੋਈ ਗਾਣਾ ਜਦੋਂ ਤੂੰ ਬੈਠਣਾ ਸਾਵੇਂ ਰੂਹਾਂ ਫੇਰ ਠਰਨੀਆਂ ਨੇ ਜਦ ਕੇ ਬੈਠਾਂਗੇ ਤਰਨੀਆਂ ਨੇ ਲੋ ਜੀ ਹੁਣ ਆਪਾਂ ਬਣਾਉਣ ਲੱਗੇ ਸੀਗੇ ਰੀਲਾਂ ਅਤੇ ਭੁੱਖ ਵਗੈਰਾ ਬਹੁਤ ਲੱਗੀ ਕੁੜੀ ਵਿਚਾਰੀ ਸਵੇਰ ਦੇ ਨਾਲ ਅਤੇ ਆਹ ਭਰਾ ਵੀ ਮੇਰੇ ਨਾਲ ਆ ਸਵੇਰ ਦਾ ਇਹ ਹਾਂ ਵਿਚਾਰੀ ਥੱਕੀ ਪਈ ਆ ਕਹਿੰਦੀ ਚਲੋ ਰੀਲਾਂ ਬਣਾਉਂਦੇ ਹਾਂ ਇਹ ਹੁਣ ਐਦੀ ਅਤੇ ਜਸ ਦੀ ਅਤੇ ਪਰਮ ਦੀ ਦੋਨਾਂ ਦੀ ਹੁਣ ਰੀਲਾਂ ਬਣਾਵਾਂਗੇ ਅਤੇ ਰੀਲਾਂ ਬਣਾ ਕੇ ਤੁਹਾਨੂੰ ਆਹ ਲੋਕੇਸ਼ਨ 'ਤੇ ਦੱਸਾਂਗੇ ਅਤੇ ਕਿਵੇਂ ਰੀਲਾਂ ਬਣਦੀਆਂ ਨੇ ਹੁਣ ਕਿਵੇਂ ਬਣਾਉਣੀਆਂ ਨੇ ਹੁਣ ਰੀਲਾਂ ਬਣਾ ਕੇ ਤੁਹਾਨੂੰ ਸੈਂਡ ਕਰਦੇ ਹਾਂ ਦਿਖਾਉਂਦੇ ਹਾਂ ਹੁਣ ਲੋ ਜੀ ਆਹ ਮੇਰੇ ਭਰਾ ਦੀ ਐਕਟਿੰਗ ਸੀਗੀ ਅਤੇ ਥੱਕ ਕੇ ਆਉਣ ਕਰਦੇ ਹੁਣ ਇਹਨਾਂ ਦੋਨੋਂ ਲੱਗ ਗਈ ਭੁੱਖ ਅਤੇ ਹੁਣ ਪੀ ਲੱਗੇ ਕੋਕਾ ਕੋਲਾ ਅਤੇ ਨਾਲ ਖਾਣ ਪੀਣ ਨੂੰ ਸਮਾਨ ਲਿਆਂਦਾ ਸੀ ਸੋ ਕਿਵੇਂ ਲੱਗੀ ਰੀਲ ਵਧੀਆ ਲੱਗੀ ਤੁਹਾਨੂੰ ਸਾਰਿਆਂ ਨੂੰ ਅਤੇ ਹੁਣ ਇਹ ਬਸ ਕੋਕਾ ਕੋਲਾ ਹੀ ਇੰਨੇ ਚਲੋ ਜੀ ਅੱਗੇ ਚੱਲੀ ਹੁਣ ਲੋ ਜੀ ਹੁਣ ਤੁਹਾਨੂੰ ਫਲਾਈ ਸਾਹਿਬ ਵੀ ਦਿਖਾਤਾ ਹੁਣ ਸਾਨੂੰ ਡੈਮ ਦਿਖਾਉਂਦੇ ਹਾਂ ਜਿੱਥੋਂ ਪਾਣੀ ਥੱਲੇ ਡਿੱਗਦਾ ਇਹਨੇ ਹੱਸਦਾ ਰਹਿਣਾ ਸਾਰੇ ਵਲੋਗ 'ਚ ਹੱਸਦਾ ਹੀ ਆ ਰਿਹਾ ਜਿਹਨੇ ਖੱਪ ਪਾਈ ਜਾਣੀ ਜਿਹਨੇ ਬਸ ਉੱਦਾਂ ਬੋਲੀ ਜਾਣਾ ਇਕੱਲੇ ਨਹੀਂ ਬੋਲਣਾ ਨੇ ਹੁਣ ਤੁਹਾਨੂੰ ਡੈਂਗ ਦਿਖਾਉਂਦੇ ਉਹ ਦੇਖੋ ਸਾਹਮਣੇ ਡੈਂਗ ਜਿੱਥੋਂ ਪਾਣੀ ਆਉਂਦਾ ਇਹ ਸਾਰਾ ਪਾਣੀ ਦਾ ਡੈਂਗ ਆ ਵੀ ਦੇਖਣ ਲੱਗੀ ਆ ਮੂੰਹ ਚੱਕ ਕੇ ਉੱਧਰ ਨੂੰ ਚਲੋ ਅੱਜ ਦੱਸ ਨਾ ਗੱਲਾਂ ਕਰਦੇ ਹਾਂ ਹੁਣ ਅਤੇ ਆਹ ਖੇਤ ਖੂਤ ਵਾਲੇ ਵਗੈਰਾ ਪਰ ਮੈਂ ਫੋਨ ਫੜੀ 2 ਮਿੰਟ ਕਾਫੀ ਜਣੇ ਗਲਤ ਸਮਝਦੇ ਕਿ ਨਹੀਂ ਪਤਾ ਨਹੀਂ ਕੌਣ ਆ ਨਾ ਸਾਡੇ ਸਕੂਲ ਦੀ ਫਰੈਂਡ ਆ ਸਾਡੇ ਨਾਲ ਹੀ ਰਹਿੰਦੀ ਸੀ ਅਤੇ ਅਸੀਂ ਕਿੰਨੇ ਘੱਟੋ 4-5 ਸਾਲਾਂ ਬਾਅਦ ਮਿਲੇ ਹਾਂ ਇੰਨਾ ਟਾਈਮ ਹੋ ਗਿਆ ਵੱਧ ਇੰਨਾ ਟਾਈਮ ਹੋ ਗਿਆ ਅਤੇ ਉਦੋਂ ਅਸੀਂ ਅੱਜ ਆਏ ਹਾਂ ਬਲੌਗ ਬਣਾ ਲੈਂਦੇ ਉਹ ਦੰਦ ਕੱਢੀ ਜਾਂਦੀ ਅਤੇ ਕੱਪੜੇ ਵੀ ਚੇਂਜ ਕਰਨੇ ਹਾਲੇ ਹੁਣ ਵੀਡੀਓ ਬਣਾਉਂਦੇ ਹਾਂ ਫਿਰ ਪਾਵਾਂਗੇ ਫਿਰ ਦਿਖਾਵਾਂਗੇ ਅਸੀਂ ਤਾਂ ਜਿੱਥੇ ਖੜ੍ਹੇ ਹਾਂ ਦੋਵੇਂ ਖੜ੍ਹੇ ਹਾਂ ਨਾ ਤਾਂ ਕਦੇ ਬੱਗ ਇਕੱਠਾ ਕੀਤਾ ਅਤੇ ਨਾ ਕਦੇ ਕਰਨਾ ਲਓ ਜੀ ਰੀਲ ਬਣਾ ਕੇ ਹੁਣ ਆਪਾਂ ਪਹੁੰਚ ਗਏ ਹੈਲੋ ਫੂਡ ਭੁੱਖ ਜਿਹੀ ਲੱਗੀ ਸੀ ਹੁਣ ਕੁਛ ਖਾਣ ਪੀ ਲੱਗੇ ਸੀਗੇ ਅਤੇ ਸ਼ਾਇਦ ਅਸੀਂ ਬਰਗਰ ਹੀ ਕਰਾਉਣੇ ਸੀਗੇ ਜਸਵੀਰ ਵੀ ਕਹਿ ਰਿਹਾ ਕਿ ਚੱਲ ਆਪਾਂ ਬਰਗਰ ਕਰਾ ਲੈਂਦੇ ਹਾਂ ਥੱਕ ਗਏ ਅਸੀਂ ਕਾਫੀ ਜ਼ਿਆਦਾ ਅਤੇ ਹੁਣ ਦੇਖੋ ਬਰਗਰ ਔਡਰ ਕਰਾਉਣ ਚੱਲੀਏ ਅਤੇ ਬਸ ਹਲੇ ਮੌਜ ਮਸਤੀ ਕਰਦੇ ਪਏ ਦੇਖਦੇ ਹਾਂ ਕੀ ਆਉਂਦਾ ਹਲੇ ਦੇਖ ਰਿਹਾ ਕੋਈ ਆ ਨਹੀਂ ਰਿਹਾ ਚੱਲ ਸਾਨੂੰ ਜਾਣਾ ਪੈਣਾ ਹੁਣ ਕੁਛ ਲੈ ਕੇ ਆਈਏ ਪਤਾ ਨਹੀਂ ਕੀ ਲੈਣ ਗਿਆ ਹੁਣ ਇਹ ਬਰਗਰ ਹੀ ਆਉਣਗੇ ਸ਼ਾਇਦ ਬਰਗਰ ਹੀ ਲੈ ਕੇ ਆਊਗਾ ਚਲੋ ਦੇਖਦੇ ਹਾਂ ਕੀ ਲੈ ਕੇ ਆਉਂਦਾ ਹਾਂਜੀ ਅਤੇ ਅਸੀਂ ਵਲੌਗ ਬਣਾ ਕੇ ਪਿੱਛੋਂ ਆ ਗਏ ਹਾਂ ਅਤੇ ਹੁਣ ਲੱਗੀ ਹੋਈ ਬਹੁਤ ਜ਼ਿਆਦਾ ਭੁੱਖ ਅਤੇ ਹੁਣ ਹੈਲੋ ਫੂਡ ਮੈਂ ਆਏ ਹਾਂ ਹੁਣ ਔਡਰ ਕਰਵਾਇਆ ਹੋਇਆ ਜੀ 2 ਬਰਗਰ ਇੱਕ ਗ੍ਰੀਨ ਐਪਲ ਅਤੇ ਜਦੋਂ ਆਓ ਤੁਹਾਨੂੰ ਦਿਖਾਉਂਦੇ ਹਾਂ ਉਸ ਤੋਂ ਬਾਅਦ ਅਸੀਂ ਘਰੇ ਚਲੇ ਜਾਣਾ ਅਤੇ ਫਿਰ ਵਲੌਗ ਕਰ ਦੇਣਾ ਆਪਾਂ ਅਤੇ ਅਗਲੇ ਵਲੌਗ ਦਿਖਾਉਂਦੇ ਹਾਂ ਲਓ ਜੀ ਬਰਗਰ ਲੈ ਕੇ ਆ ਰਿਹਾ ਕਿਵੇਂ ਫੜ ਕੇ ਅਤੇ ਨਾਲ ਪੀਣ ਨੂੰ ਠੰਡਾ 2 ਬਰਗਰ ਇਹ ਆਏ ਚੱਕ ਲਏ ਪੈਪ ਇੰਨੀ ਇਹਨੂੰ ਭੁੱਖ ਲੱਗੀ ਇਹਨੂੰ ਬਰਦਾਸ਼ਤ ਨਹੀਂ ਹੁੰਦਾ ਪਿਆ ਕੁਛ ਵੀ ਦੰਦ ਕੱਢ ਲਗਾਇਆ ਇਹ ਆ ਚੱਕੋ ਬਰਗਰ ਨਿੰਬੂ ਪਾਣੀ ਖੰਡ ਪਾ ਇਹ ਲਾ ਲਿਆ ਮੂੰਹ ਇਹ ਇਹ ਆ ਚੱਕ ਬਸ ਰਹਿਣਾ ਜਾਵੇ ਚਲੋ ਹੁਣ ਤੁਹਾਨੂੰ ਖਾ ਕੇ ਫਿਰ ਅੱਗੇ ਹੀ ਚੱਲਦੇ ਹਾਂ ਫਿਰ ਦਿਖਾਉਂਦੇ ਅੱਗੇ ਅਸੀਂ ਕਿੱਥੇ ਜਾਣਾ ਕਿਹੜੀ ਜਗ੍ਹਾ 'ਤੇ ਜਾਣਾ ਹੁਣ ਥੱਕ ਜੇ ਗਏ ਹਾਂ ਹੁਣ ਬਰਗਰ ਖਾ ਖੂ ਕੇ ਬਰਗਰ ਵੀ ਖਾ ਲਏ ਉਹਨੇ ਤੋਂ ਖਾ ਪੀ ਕੇ ਫਿਰ ਹੁਣ ਨਿਕਲਦੇ ਹਾਂ ਚੱਲਦੇ ਹਾਂ ਫਿਰ ਆਪਾਂ ਦੁਬਾਰਾ ਵਾਪਸ ਵੀ ਜਾਣਾ ਟਾਈਮ ਵੀ ਕਾਫੀ ਹੋ ਗਿਆ 4:30-5 ਵਜੇ ਦਾ ਟਾਈਮ ਹੋ ਗਿਆ ਅਤੇ ਜਾਣਾ ਅਤੇ ਚਲੋ ਹੁਣ ਤੁਹਾਨੂੰ ਉੱਥੇ ਮਿਲਦੇ ਹਾਂ ਲਓ ਜੀ ਕੀ ਲਓ ਜੀ
ਘੁੰਮਣ ਫਿਰਨ ਗਏ ਸੀਗੇ ਜਿੱਥੇ ਕੋਈ ਤਕਾਲ ਮਿਲ ਗਈ ਉੱਥੇ ਆਹ ਖਾ ਲਓ ਉਹ ਖਾ ਲਓ ਬਲੌਗ ਕਰੀਏ ਚਲੋ ਕੋਈ ਨੀ ਜੋ ਵੀ ਹੋ ਗਿਆ ਚੱਲ ਵਧੀਆ ਹੋਇਆ ਘੁੰਮੇ ਫਿਰੇ ਵਾਧੂ ਆ ਲੋਕੇਸ਼ਨਾਂ ਤੁਹਾਨੂੰ ਚਾਹੀਏ ਦੱਸਾਂਗੇ ਪਰ ਨਹੀਂ ਦੱਸ ਹੋਈਆਂ ਆਪ ਉੱਥੇ ਪਾਗਲ ਹੋ ਗਿਆ ਬਾਲਾ ਔਖਾ ਹਾਲ ਹੋਇਆ ਸਾਡਾ ਬਾਲਾ ਔਖਾ ਮੋਟਰਸਾਈਕਲ ਨੂੰ ਸਾਹ ਚੜ ਗਿਆ ਮੋਟਰਸਾਈਕਲ ਦੀ ਸੂਈ ਦੇਖੋ ਜੀ ਐਫ ਤੇ ਸੀ ਤੇ ਈ ਤੇ ਆ ਗਈ ਆ ਬੈਗ ਚ ਦਿਖਾਂਦੇ ਬੈਗ ਖੋਲ ਤੈ ਲਾ ਲਾ ਕੇ ਰਾਤੀ ਰੀਝਿਆ ਰਿਹਾ ਮੈਨੂੰ ਤੇ ਭਾਜੀ ਨੀਂਦ ਹੀ ਨਹੀਂ ਆਈ ਸੀਗੀ ਕਦੋਂ ਸਵੇਰੇ ਉੱਠ ਕੇ ਯਾਰ ਮੈਂ ਬਲੌਗ ਬਣਾਉਣ ਜਾਊਂਗਾ ਕੱਪੜੇ ਸਾਰੇ ਉੱਦਾਂ ਤੇ ਆਹ ਥੋੜ੍ਹਾ ਗਿਫਟ ਆਇਆ ਸੀਗਾ ਆਪਾਂ ਨੂੰ ਭਰਾ ਦੇ ਕੇ ਗਿਆ ਸੀਗਾ ਰਾਹ 'ਚ ਅਤੇ ਉਹ ਵੀ ਤੁਹਾਨੂੰ ਦਿਖਾਵਾਂਗੇ ਕੌਣ ਦੇ ਕੇ ਗਿਆ ਅਤੇ ਕੱਪੜੇ ਸਾਰਾ ਬੈਗ ਖੋਲ੍ਹਾ ਪਰ ਬਣਾਇਆ ਕੁਛ ਨਹੀਂ ਅਤੇ ਮੈਂ ਕਹਿੰਦਾ ਰਿਹਾ ਕਿ ਚਲੋ ਰੀਲਾਂ ਬਣਾ ਕੇ ਕਰਾਂਗੇ ਪਰ ਰੀਲਾਂ ਸਾਡੇ ਕੋਲ ਬਣੀਆਂ ਨਹੀਂ ਅਤੇ ਵਧੀਆ ਸੀਗੀ ਉੱਥੇ ਨਾਲੇ ਮੀਂਹ ਦਾ ਮੌਸਮ ਹੋ ਗਿਆ ਖਰਾਬ ਮੌਸਮ ਸੀ ਮੈਨੂੰ ਪਤਾ ਮੇਰੇ ਦਿਲ ਤੇ ਕੀ ਜਿੱਤੀ ਪਰ ਵਧੀਆ ਲੱਗਿਆ ਯਾਰ ਪਹਿਲਾ ਪਹਿਲਾ ਬਲੌਗ ਸੀਗਾ ਯਾਰ ਸਾਰਿਆਂ ਨੂੰ ਔਖਾ ਲੱਗਦਾ ਜਦੋਂ ਕਿਤੇ ਬਾਹਰ ਜਾਣਾ ਪੈਂਦਾ ਹਰੇਕ ਨੂੰ ਉਹ ਤੇ ਸਾਰਿਆਂ ਨੂੰ ਪਤਾ ਕਿੱਦਾਂ ਹੁੰਦਾ ਕੋਈ ਸਮਝ ਨਹੀਂ ਆਉਂਦੀ ਕਰਨਾ ਕੀ ਆ ਇੱਕ ਸਾਡੇ ਨਾਲ ਸਾਡੀ ਫਰੈਂਡ ਸੀਗੀ ਉਹਨੂੰ ਵੀ ਨਹੀਂ ਪਤਾ ਸੀਗਾ ਮੈਂ ਚੱਲ ਉਹਨੂੰ ਪਤਾ ਹੋਊਗਾ ਥੋੜ੍ਹਾ ਬਹੁਤਾ ਪਰ ਉਹਨੂੰ ਵੀ ਨਹੀਂ ਪਤਾ ਉਹ ਬਸ ਹੱਸਣ 'ਤੇ ਉਹਨੇ ਜ਼ੋਰ ਦਿੱਤਾ ਸੀਗਾ ਜਾਂ ਉਹਨੇ ਪੈਕਿੰਗ ਕਰ ਲਈ ਅਤੇ ਚਲੋ ਵਧੀਆ ਜਾਨੇ ਕੋਕਾ ਕੋਲਾ ਜਿਹਾ ਭੁਜੀਆ ਖਵਾ ਤਾ ਉਹਨੂੰ ਪਿਆਸ ਬਹੁਤ ਲੱਗਦੀ ਸੀ ਮਿੰਟ ਕੁ ਬਾਅਦ ਕੋਕਾ ਕੋਲਾ ਪਿਆ ਦਿਓ ਆਹ ਪਿਆ ਦਿਓ ਉਹਨੂੰ ਡੇਢ ਲੀਟਰ ਦੀ ਬੋਤਲ ਲੈ ਕੇ ਦਿੱਤੀ ਭਰਵਾ ਕੇ ਉਹ ਵੀ ਨਹੀਂ ਪੀਤੀ ਉਹਨੇ ਉਹ ਵੀ ਡੋਲਤੀ ਅਤੇ ਸਭ ਤੋਂ ਵੱਡੀ ਗੱਲ ਇੱਕ ਤੁਹਾਨੂੰ ਦੱਸਣ ਲੱਗਾ ਸਾਡਾ ਹੈਗਾ ਯੂਟਿਊਬ ਚੈਨਲ ਪੂਰੀ ਦੋਸਾਂਝ ਤੇ ਮੈਂ ਤੁਹਾਨੂੰ ਦੱਸਾਂ ਤੇ ਇਹਨੂੰ ਨਾਂ ਨਹੀਂ ਲੈਣਾ ਹੁੰਦਾ ਤੇ ਇਹਨੇ ਮੈਨੂੰ ਕਿਹਾ ਇਹ ਨਾਮ ਰੱਖ ਤੇ ਸਾਡੇ ਚੈਨਲ ਦਾ ਯੂਟਿਊਬ ਦਾ ਨਾਮ ਹੈਗਾ ਗੁਰੀ ਦੁਸਾਂ ਦਾ 10 ਬਲੌਗਰ ਤੇ ਸਾਰੇ ਜਣੇ ਜਾ ਕੇ ਸਬਸਕ੍ਰਾਈਬਰ ਜ਼ਰੂਰ ਕਰਿਓ ਤੇ ਸਪੋਰਟ ਜ਼ਰੂਰ ਕਰਿਓ ਤੇ ਨਿਊ ਚੈਨਲ ਬਟਨ ਦੀ ਘੰਟੀ ਜ਼ਰੂਰ ਦਬਾਣੀ ਤੁਸੀਂ ਜ਼ਰੂਰ ਤੇ ਦਬਾਇਓ ਤੇ ਅਸੀਂ ਰੀਲਾਂ ਬਣਾਈਆਂ ਨਹੀਂ ਹੁਣ ਸੋਚਿਆ ਹੁਣ ਦਬਾਨੇ ਆ ਰੈੱਡ ਬਟਨ ਕਿਉਂਕਿ ਅਸੀਂ ਰੀਲਾਂ ਬਣਾਉਣੀਆਂ ਤੇ ਹੁਣ ਅਸੀਂ ਰੀਲਾਂ ਬਣਾ ਲੱਗੇ ਦੋਨੇ ਜਣੇ ਰੀਲਾਂ ਬਣਾਉਣ ਲੱਗੇ ਆ ਤੇ ਹਰ ਬਲੌਗ ਦੇ ਆਹ ਬੰਦੇ ਨੇ ਆਹ ਕਿਹਾ ਕਿ ਚਲੋ ਠੀਕ ਹੈ ਜੀ ਅਸੀਂ ਰੀਲਾਂ ਬਣਾਉਣ ਲੱਗੇ ਹਾਂ ਪਰ ਰੀਲਾਂ ਬਣੀਆਂ ਨਹੀਂ ਉਹ ਅਤੇ ਹੁਣ ਅਸੀਂ ਫਰੀ ਹੋਏ ਹੁਣ ਆਪਾਂ ਰੀਲਾਂ ਬਣਾ ਕੇ ਅਤੇ ਨਾਲੇ ਬਲੌਗ ਦੇ ਵਿੱਚ ਸ਼ੋਟ ਉਹਨਾਂ ਦੇ ਪਾਵਾਂਗੇ ਰੀਲਾਂ ਦੇ ਅਤੇ ਤੁਹਾਨੂੰ ਵੀ ਦਿਖਾਵਾਂਗੇ ਰੀਲਾਂ ਕਿੱਦਾਂ ਦੀਆਂ ਲੱਗੀਆਂ ਅਤੇ ਜ਼ਰੂਰ ਦੱਸਿਓ ਬਲੌਗ ਦੇ ਵਿੱਚ ਲਵ ਯੂ ਚੌਧਰੀ ਜਿੱਦਾਂ ਮਰਜ਼ੀ ਕੋਈ ਭੈਣ ਯੱਕ ਬਦਮਾਸ਼ ਆ ਮੇਰੇ ਵੱਲ ਮੂੰਹ ਨਹੀਂ ਕਰੇਗਾ ਇੱਧਰ ਆਵੇ ਪੰਜੇ ਤੱਤ ਦਾ ਏਦਾਂ ਬਣਦੇ ਰੀਲਾ ਖੱਪੜਾ ਪੈਂਦਾ ਕਿ ਨਹੀਂ ਕਿਵੇਂ ਤੈਨੂੰ ਦੱਸਾਂ ਯਾਰਾ ਦਿਲ ਦੀਆਂ ਗੱਲਾਂ ਵੇ ਡਰਦਾ ਅਫਸੋਸ ਕਿਤੇ ਹੀ ਰਹਿ ਨਾ ਜਾਵਾਂ ਗੱਲਾਂ ਵੇ ਬਸ ਮੇਰੀ ਇੱਕ